Bus. ਜੀ ਜਿਹੜਾ ਚੋਰ ਵਾਲਾ ਫੜਿਆ ਕੀ ਮਾਮਲਾ ਅਤੇ ਕਿੰਨੇ ਬੰਦੇ ਫੜਿਆ ਜੀ ਅਤੇ ਕਿੱਥੇ ਕਿੱਥੇ ਚੋਰੀਆਂ ਕਰਦੇ ਕਿੱਥੇ ਵੇਚਦੇ? ਇਸ 'ਚ ਅਸੀਂ ਇੱਕ ਐੱਫ ਆਈ ਆਰ ਰਜਿਸਟਰ ਕੀਤੀ ਹੈ 20 No. 379-411 'ਚ, ਜਿਸ 'ਚ ਇਸ 'ਚ ਹੁਣ ਤੱਕ ਤਫਤੀਸ਼ 'ਚ 5 ਬੰਦਿਆਂ ਦਾ ਨਾਮ ਸਾਹਮਣੇ ਆਇਆ ਜਿਹੜੇ ਕਿ ਪੰਜਾਬ, ਹਰਿਆਣਾ, ਰਾਜਸਥਾਨ ਤਿੰਨੇ ਸਟੇਟਾਂ ਦੇ ਵਿੱਚ ਟਰਾਲੀਆਂ ਦੀਆਂ ਚੋਰੀਆਂ ਜਾਂ ਟਰਾਂਸਫਾਰਮਰ ਜਾਂ ਮੋਟਰਾਂ ਦੀਆਂ ਜਿਹੜੀਆਂ ਹੈਗੀਆਂ ਚੋਰੀਆਂ ਕਰਦੇ ਸੀ, ਅਤੇ ਇਹਦੇ 'ਚ ਇੱਕ ਸਕਰੈਪ ਡੀਲਰ ਹੈਗਾ ਉਸ ਨੂੰ ਵੀ ਅਸੀਂ ਨਾਮਜ਼ਦ ਕੀਤਾ, ਅਤੇ ਜੋ ਇਹਨਾਂ ਨੂੰ ਟਰਾਲੀਆਂ ਨੂੰ ਸਕਰੈਪ ਕਰਕੇ ਜਾਂ ਅੱਗੇ ਜਿੱਥੇ ਵੇਚਦੇ ਸੀ ਉਸ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ। ਕਿੰਨਾ ਕੋਈ ਸਮਾਨ ਕੋਈ ਰਿਕਵਰ ਹੋ ਗਿਆ? ਅਸੀਂ ਮੇਨਲੀ ਇੱਕ ਜਿਹੜਾ ਟਰੈਕਟਰ ਰਿਕਵਰ ਕੀਤਾ ਜਿਹੜੇ ਸਤੇ ਜਿਸ ਨੂੰ ਇਹ ਯੂਜ਼ ਕਰਦੇ ਸੀ ਟਰਾਲੀਆਂ ਦੇ ਲਈ, ਸੰਦੀਪ ਸਿੰਘ ਪੁੱਤਰ ਮਾੜਾ ਸਿੰਘ ਭੀਟੀ ਵਾਲੇ ਦਾ, ਅਤੇ ਜਿਹੜਾ ਸਕਰੈਪ ਡੀਲਰ ਹੈਗਾ ਬਾਲਾਸਰ ਦਾ ਸੁਖਦੇਵ ਰਾਮ ਪੁੱਤਰ ਬੁੱਧ ਰਾਮ, ਉਸ ਤੋਂ ਅਸੀਂ ਉਹ ਗੈਸ ਕਟਰ ਅਤੇ ਆਕਸੀਜਨ ਸਿਲੰਡਰ ਜਿਹੜੇ ਗੈਸ ਸਿਲੰਡਰ ਅਤੇ ਕਟਰ ਜਿਹੜੇ ਉਹ ਵੀ ਬਰਾਮਦ ਕਰ ਲਏ, ਅਤੇ ਅੱਗੇ ਅਸੀਂ ਤਫਤੀਸ਼, ਸਾਨੂੰ ਉਮੀਦ ਹੈ ਵੀ ਅਸੀਂ ਹੋਰ ਵੀ ਵੱਡੀ ਇਸ 'ਚ ਰਿਕਵਰੀ ਕਰਾਂਗੇ। ਇਹ ਹਾਂਜੀ ਜਿਹੜਾ ਹੈਗਾ ਬਾਰਡਰ ਦੇ, ਜਿਵੇਂ ਰਾਜਸਥਾਨ ਬਾਰਡਰ ਦਾ ਹੋ ਗਿਆ ਅਤੇ ਹਰਿਆਣੇ ਦਾ, ਅਤੇ ਇੱਧਰ ਪੰਜਾਬ 'ਚ ਕਰਕੇ, ਅਤੇ ਅੱਗੇ ਸਰਸੇ ਤੋਂ ਅੱਗੇ ਇਹਨਾਂ ਦੀ ਸਪਲਾਈ ਸੀਗੀ ਉਹ ਅਸੀਂ ਹਜੇ ਉਸ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ।